रविंदर जी शर्मा जी पक्का जरूर एक घर आओ अपने साथ कई बार जवानी वे बंदे पासिया फिर फिरते रहते मुड़ के मेरे वर्ग का माड़ा फड़ लेंदा जो घर की झिड़का मार ला जाने बाबा का पास करता वह हाथ कंबी जाते ना माड़ा डिग पी ज्ञानी जी बड़ा गाने वाला काम कर दो सौ रुपए बड़ी आवाज से सिर ही कर लेंगे बाहर कहीं क्वालिटी हैगी आ जाने मेरे टीम खाती होगी हेलो हेलो ठीक ठीक बाहर शर्मा कर की बना दें भाई पेश कर लगा सिंह पटेंदे बाहर के मुझ पटेंदे कबूल सिंह पटेंदे बाहर के निर्माण मारा
ਤੁਹਾਡੀ ਮਰਜ਼ੀ ਹੈ ਪਰ ਮੈਂ ਤਾਂ ਕਹਿਣਾ ਨਹੀਂ। ਕਈ ਗਾਣਾ ਲਿਆਉਂਦੇ ਹੁੰਦੇ ਨੇ, ਮੈਂ ਤਾਂ ਵੈਸੇ ਤੁਹਾਡੇ ਚਰਨਾਂ ਦੀ ਖਾਕ ਆ ਵੀ ਆਉਂਦੇ ਮਗਰ ਆਉਂਦੇ ਆ ਤੇ ਪਹਿਲਾਂ ਕਹਿਣ ਕੇ ਆਉਣ ਨੱਚ ਗਏ। ਵੀ ਇੱਕ ਮੈਂ ਕਲਾਕਾਰ ਵੇਖਿਆ ਪੈਲਸ ਦੇ ਵਿੱਚ, ਮਾਘੀ ਪੈਲਸ ਦੇ ਵਿੱਚ, ਉਹ ਬੰਦੇ ਬਹੁਤ ਵਧੀਆ ਸਰੋਤੇ ਸੀ। ਕਹਿਣ ਲੱਗੇ ਫੁੱਫੜ ਵੀ ਆ ਜਾਏ ਮੁੰਡੇ ਦਾ, ਜੀਜਾ ਵੀ ਆ ਜਾਏ, ਫਲਾਨਾ ਵੀ ਆ ਜਾਏ, ਢਿਮਕਾ ਵੀ ਆ ਜਾਏ, ਆਓ ਨੱਚ ਗਏ। ਇੱਕ ਚੜ੍ਹ ਗਿਆ ਸਟੇਜ ਤੇ ਬਾਈ ਦਵਿੰਦਰ ਵਰਗਾ ਬੁਲਾਰਾ, ਕਹਿੰਦਾ ਮੈਂ ਬੇਨਤੀ ਕਰਦਾ ਕਲਾਕਾਰ ਨੂੰ ਵੀ ਨੱਚ, ਤੂੰ ਜਿਹਨੇ ਪੈਸੇ ਲੈਣੇ ਸੀਗਾ ਤੂੰ ਨੱਚ ਗਿਆ। ਇਸ ਕਰਕੇ ਮੈਂ ਉਸ ਗੁਰੂ ਦਾ ਚੇਲਾ ਜਿਹਦੇ ਗੀਤਾਂ ਨੂੰ ਸੁਣ ਕੇ ਤੁਸੀਂ ਆਪ ਹੀ ਤਾੜੀਆਂ ਮਾਰਦੇ। ਮੈਂ ਕਿਤੇ ਵੀ ਜਾ ਕੇ ਨਹੀਂ ਕਿਹਾ ਵੀ ਤਾੜੀ ਮਾਰ ਦਿਓ, ਹੱਥ ਖੜੇ ਕਰੋ, ਥੱਲੇ ਕਰ ਲਓ, ਉੱਤੇ ਕਰ ਲਓ, ਜੋ ਮਰਜ਼ੀ ਕਰ ਲਓ। ਸੋ ਜੋ ਪ੍ਰੋਗਰਾਮ ਦੇਖਿਆ ਤਾਂ ਕਿਸੇ ਨੂੰ ਦੱਸਾਂਗੇ ਵੀ ਕੀ ਭਾਈ ਜਗਜੀਤ ਮਾਨਕ ਜੀ, ਤੁਹਾਨੂੰ ਪਤਾ ਹੀ ਹੈ ਕੁਲਦੀਪ ਸਿੰਘ ਮਾਨਕ ਦੇ ਸ਼ਾਗਿਰਦ ਨੇ। ਜਿਸ ਤਰ੍ਹਾਂ ਸਟੇਜ ਤੇ ਕੁਲਦੀਪ ਮਾਨਕ ਘੁੰਮਦਾ ਸੀ, ਇਸੇ ਤਰ੍ਹਾਂ ਇਹ ਨੌਜਵਾਨ ਆਪਣੇ ਜੋਰ ਵਿਖਾ ਰਿਹਾ ਆਪਾਂ ਨੂੰ। ਸੋ ਆਪਣੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਸਟੇਡੀਅਮ ਦੇ ਵਿੱਚ ਪਹੁੰਚੋ, ਪ੍ਰੋਗਰਾਮ ਦੇਖੋ, ਚੰਗਾ ਲੱਗਾ ਤਾੜੀ ਮਾਰ ਦਿਓ, ਤੇ ਜੇ ਨਹੀਂ ਚੰਗਾ ਲੱਗਾ ਤਾਂ ਤੁਹਾਡੀ ਮਰਜ਼ੀ। ਤੇ ਗਾਉਣ ਵਾਲਾ ਕਹਿੰਦਾ ਹੁੰਦਾ ਜੇ ਕਹਿ ਕੇ ਮਰਾਈ ਤਾਂ ਤਾੜੀ ਜਾਣੀ ਮਰਾਈ। ਸੋ ਇਸ ਵਾਸਤੇ ਗਾਉਣ ਵਾਲੇ ਦਾ ਹੌਸਲਾ ਵਧਾਈ ਹੋ ਜਾਂਦਾ ਵੀ ਚਲੋ ਮੈਂ ਚੰਗਾ ਹੀ ਗਾਈ ਜਾਂਦਾ, ਬਾਬਾ ਮਾੜਾ ਗਾਵੇ ਤਾੜੀ ਮਾਰ ਜਾਂਦਾ ਕਰਕੇ ਚੰਗਾ ਹੀ ਗਾਇਆ। ਸੋ ਨਾਲੇ ਇੰਨੇ ਨਾਲ ਬੰਦੇ ਨੂੰ ਸਾਹ ਸੁਣਿਆ ਜਾਂਦਾ, ਹੌਸਲਾ ਵਧਾਈ ਵੀ ਕਰਨੀ ਹੈ ਸਾਡੇ ਮਾਣਯੋਗ ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਹੈ। ਅਸੀਂ ਕਲੱਬ ਵੱਲੋਂ, ਨਗਰ ਵਾਸੀਆਂ ਵੱਲੋਂ ਇਹਨਾਂ ਦਾ ਤਹਿ ਦਿਲ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਐਡੀ ਚੀਰ ਜਿਵੇਂ ਦੇ ਵਿੱਚ ਉਹ ਸਮਾਂ ਕੱਢ ਕੇ ਪੁੱਜੇ ਆ। ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ। ਤੇ ਭਾਈ ਮਾਨਕ ਦਾ ਵੈਸੇ ਪੈਸੇ ਵਾਹਵਾ ਲੈ ਲੈਂਦਾ ਸੀਗਾ, ਤੇ ਪਰ ਜਗਜੀਤ ਮਾਨਕ ਫ੍ਰੀ ਕੋਈ ਹੈ, ਕੋਈ ਖਾਸ ਗੱਲ ਨਹੀਂ ਗਈ, ਕਿਉਂਕਿ ਢਾਡੀ ਸਾਜੀ ਹੈ, ਨਾਲ ਨਾਲ ਵਿਚਾਰਿਆਂ ਨੇ ਕੋਈ ਮਾੜਾ ਮੋਟਾ ਲੈਣਾ ਦੇਣਾ ਹੁੰਦਾ, ਫਿਰ ਐਵੇਂ ਤਾਂ ਤਾਲ ਨਹੀਂ ਵੱਜਦਾਗਾ। ਸੋ ਇਸ ਵਾਸਤੇ ਹੌਸਲਾ ਵਧਾਈ ਵੀ ਕਰਨਾ, ਮੇਰਾ ਬੜਾ ਇਕੱਠਾ ਜਿਹਾ ਹੱਥ ਪਾ ਕੇ ਨਹੀਂ ਬੈਠਣਾ ਗਾ, ਕਿਉਂਕਿ ਹੌਸਲਾ ਵਧਾਈ ਹੋਊਗੀ ਤਾਂ ਫਿਰ ਵੱਧ ਤੋਂ ਵੱਧ ਪ੍ਰੋਗਰਾਮ ਕੀਤੇ ਜਾਂਦੇ ਆ। ਲਓ ਜੀ ਸੁਣੋ ਜਗਜੀਤ ਮਾਨਕ ਜੀ। ਹੈਲੋ ਹੈਲੋ, ਬਾਤ ਐ ਹੈ ਇਹ ਆਪਣਾ ਬੀਜਾ ਹੋਇਆ ਕੰਮ ਅੱਜ। ਲਓ ਹੈਲੋ ਬੱਲੀ, ਕਿੱਥੇ ਆ ਬੱਲੋ ਜੀ? ਲੰਗਰ ਦੇ ਉੱਤੇ ਧੁੱਪ ਆ ਗਈ ਹੈ, ਉੱਥੇ ਭਾਈ ਪਰਦਾ ਪਾ ਦੇ ਬੱਲੋ, ਜਿੱਥੇ ਮੇਰੀ ਆਵਾਜ਼ ਸੁਣ ਰਿਹਾ ਲੰਗਰ ਤੇ ਆਪਣਾ ਭਾਈ ਧੁੱਪ ਆ ਗਈ, ਉੱਥੇ ਪਰਦਾ ਪਾ ਦੇ। ਸਾਡੇ ਸਤਿਕਾਰ ਦਿਓ ਜਥੇਦਾਰ ਬਾਬਾ ਗੁਰਦੀਪ ਸਿੰਘ ਜੀ ਸ਼ਹੀਦ ਗੰਜ, ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਇੱਕ ਭਾਈ ਜੀ ਮਾਧੋ ਸਾਹਿਬ ਆਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਲਓ ਜੀ ਥੋੜੀ ਹਾਜ਼ਰੀ ਦੇ ਵਿੱਚ ਇੱਕ ਯੋਧਾ ਦੀ ਵਾਰ ਪੇਸ਼ ਕਰਨ ਲੱਗਾ। ਵੈਸੇ ਮੈਂ ਗੀਤ ਸਮਾਜ ਸੁਧਾਰੀ ਗਾਉਣਾ ਤੇ ਬਾਬਾ ਜੀ ਤੁਹਾਡੇ ਆਉਣ ਤੇ ਖੁਸ਼ੀ ਦੇ ਵਿੱਚ ਇੱਕ ਵਾਰ ਪੇਸ਼ ਕਰਨ ਲੱਗਾ ਹਰੀ ਸਿੰਘ ਨਲ ਵੇਲੇ। Thank you.
कोई टीमां भाई इतने सरपंच है उन्होंने खिलाड़ी वीर बेनती है कि अपना नाम साढ़े को एंटर कराओ जो पुरानी स्टेज है जिसे संत बाबा अमरजीत सिंह जी स्पोर्ट्स क्लब वगैरह लिखिया है उस स्टेज उत्ते साढ़े प्रधान जी बैठे है उन्होंने को अपना नाम लाओ अपनी एंट्री भी जमा कराओ ता जो आप समय सिर सारिया टाइया कट के मैच है वो चालू करने हैं कबड्डी चालू करने तो पहला जिन्ना चर भी घंटा डेढ़ घंटा दो घंटे चलता प्रोग्राम वो थोड़ी सेवा दे विच भाई जगजीत माणक जी ते उन्हां दे नाल जो आए हुए हैं बीबी कलिंदर जी वो प्रोग्राम पेश करनगी सो मैं हुण बेनती करदा माणक साहब नूं कि कल्ले ने दा जोर बहुत ला लिया है ते नाल हुण जोड़ी दा जोर भी वेख लिए नाले ने ना संगतां दा हौसला वधाई के हो जांदा है आओ हेलो हेलो लो पेश कर लगा कहने माणक गले लगा पा छोटा मैं है माणक पर मैं छोटा माणक है पंजाब का मेरे उस्ताद श्री कलदीप माणक जी तुसी उन्हां नूं प्यार करते हुए मैनूं प्यार करते हैं उन्हां दे रोज़ कताली शाबाश बोल श्री कलदीप माणक जी की जय पेश कर लेंगे कबीलदारी का गीत बड़े भाई ना क्या उन्हां दस आई घरे गल देखी जाऊगी बढ़िया न जोड़ इतने बड़ी सी बीमार है उत्तम बढ़िया न जोड़े बड़ी सी बीमार आई पलिया सजे करके तेरे बंगली कली फरिदाई निकल चल लड़का बड़े भाई ना क्या हो ना दसाई निकल चल लड़का बड़े भाई ना क्या हो ना दसाई निकल चल लड़का Oh,
बड़ी सी कमाल भी कर ला बड़ी सी कमाल करके मेरे बाबली सली भरे सारी मेरे बाबली सली भरे सारी घर पर आई घर पर हम जटा दे सारे गल Thank you.
पटी जाई लगे आउन दसाई आई कर कल सचू लड़का लो इन्हें नाल पेश कर लगा चार अखते जी सारी सारी मुड़ के बच्चा पेड़ दे मुड़े कोटी खेड़ा गया आवे कलदीन मान की जी बहुत हर मिल करे दोस्त उन्होंने मतलब 100 रुपया मान हो बहुत बहुत मेहरबानी नहीं पूरी कराई मेरा कहना आज तो हरी सिंह मेहरबानी सुना बंदा सिंह हाकली सुना डाले बनाई जाना लो जी आ मैं तो मेरा बेटा पेश कर लगे ध्यान ध्यान जमा करा टाइम सटाइया कट के मैच चालू किए जा रहे हैं जिन्ना चेर कोई ना टाइम सटाइया करके मैच चालू करके उन्ना चेर अपने को
रंगारंग प्रोग्राम लेके जगजीत मानक जी पहुंचे है। प्रोग्राम चली जा रहा है, नगर की संगत जी अजे घर ही बैठी है, उन्होंने बेनती है कि वो जल्दी तो जल्दी भाई इतने पहुंचो, प्रोग्राम देखो तेरे वेले की रौनक बताओ। आओ जी नौजवान सभा मुदकी पत्ती शोकर वालों बहुत सारा मान बहुत बहुत मेहरबानी, थैंक यू शुक्रिया। पेश कर रखा मेरे यार नू मंदा ना बोली ते मेरी भावे जिंद कर ला। गुरु जी के चेले तो बहुत मिल गए पर आ भी दिल तुम पसंद सुना मेरे यार आए मेरे यार मंदाना बोली ओ मेरी पावे दुधी कट ले। ठीक है थप कड़ा करता सी लिखाओ जाके मेरी पावे दुधी कट ले मेरे यार चल के बाप मैं पहले देखे नहीं थी इन्हों बहुत मेहरबानी है जी। मेरे यार तेरी
ਕੀ ਕਾਜਲ ਹੈ ਕਹੇ ਯਾਰ ਨੂੰ पेश करेगा थोड़ी सेवा देने ध्यान रख ਉਹਨਾਂ ਵੱਲੋਂ 100 ਰੁਪਏ ਮਾਰ ਹੋਇਆ ਬਹੁਤ ਮਿਹਰਬਾਨੀ ਕਰਦੇ
ਸਨ ਬਹੁਤ ਮਿਹਰਬਾਨੀ ਸਾਡੀ ਇੱਕ ਬਜ਼ੁਰਗ ਨੂੰ ਕਹਿੰਦੇ ਪੈਣਾ ਕਿਵੇਂ ਆ ਕਹਿੰਦਾ ਮਰ ਕੇ ਪਾਲੇ ਭਰਾਵਾ
ਪਾਤੀਆਂ ਸੀ ਪਹਿਲਾਂ ਹੁਣ ਸਾਨੂੰ ਨਾ ਬਸ ਮਿਹਰਬਾਨੀ नौजवान सभापति छोकर जागीरी वाले जी सेवा करती है उन्हां वीरां ने कल सारी दिहाड़ी बाबे की जगह से जागीरी की सेवा की है सारिया संगत ने मेरे को किया होना है सब पता कि दो टेस्ट आते उत्तों मिठा आता है थल्ले नून वाला आता है मिर्चा भी सीखिया मिर्च तड़के पता ही लग गया होना कि नहीं तो अज वीर मेरे ठंडे पानी छबील की सेवा कर रहे हैं उन्होंने वालों ₹50 जगजीत मानक जी ने जी सेवा भेट की गई है सो मैं इस क्लब वाले वीर का छोकर पति के जो क्लब वाले वीर है उन्होंने तहत में धनवादी हाँ जिन्होंने कहें जब भाई घरे ने पानी पिया हम छोकर पत्ती की जी सभा यह मेलिया से सेवा करती है कई मेरे अगे वीर तो कहें चिट्टे है लिबड़ जाएंगे आप पानी के नेे नहीं आना चिट्टे पै जाएंगे पर नौजवानों ने कल सारी दिहाड़ी धुप सेकी आप से पानी पिया जनता को बहुत धन्यवादी हाँ अज भी सेवा कर रहे हैं सो मालक इन्हों लंबी उम्र बख्शे इस तरह सेवा के जुड़ी रखे सो मैं हम बेनती करा मानक साहब न कला थक देगा ना संगत झाकती है भी बीबी जी आए बैठे है कोई सुना नहीं रहे ना जोड़ी ना हो जाए आओ जी हेलो हेलो उस तो पहला मेरा बेड़ा तेजिंदर सिंह पेश कर लगा कोई मोड़ लिया हो रही यार मेरा छड़ गया यार मेरा छड़ गया उस तो बाद मैं उन्होंने यार माइया की फरमाइश है भी जुत्ती भी जरक ना हो जरक होनी चाहिए है रड़क वड़क भी ना बंदा किसी काम का नहीं भाई हाँ जी कोई मोड़ लिया हो रही यार मेरा छड़ गया यार मेरा छड़ गया I'm gonna make you mine.
इस गीत तो खुश होकर साडे क्लब दे सीनियर भाई दलजीत सिंह जी बासी साहब गुरनाम सिंह जी उन्हां वल्लों 100-100 रुपया मुंडे दे गीत दे हौसला अफजाई की गई है। सो मैं बेनती करा दर्शकों नूं भी अगे मैं कह चुका हैगा भी जदों भी कोई गीत गा के हटदा है माड़े मोटे हाथ जी हिला लिया करो, इन्ने नाल शरीर च फुर्ती जी आ जाती, सुस्ती नहीं पीती, क्योंकि चाह कई ने पीती कई ने नहीं पीती। वह चाह का लंगर भी चलता है, रोटी का भी चलता, चौल भी चली जाते हैं। कहते भुखिया भजन ना कीजे जे हमाला अपनी लीजा, पहला लंगर पानी छक लो, प्रोग्राम चली आ लगातार शाम तक, जिवें कल प्रोग्राम चलता है ना अपना, कल अज भी उस तरह चलना है। जिथे लिखा संत अमरजीत सिंह जी स्टेडियम उत्थे जाके साडे बंदे बैठे हुए हैं, उन्होंने को आपका नाम अनाउंस कराओ, 200 रुपया या जो भी साडी एंट्री फीस है वो जमा कराओ, ता जो असीं ताइयां पैसा कढ के मैच चालू कराने। एक मैं साडे वीर नूं बेनती करा कि मेरे को एक नौ ना आया है प्रधान जी, कलसिया पिंड की टीम एक नोट कर लो, कलसिया पिंड की रणवीर सिंह कलसिया पिंड की टीम का नाम नोट कर लो, बाकी भी जो कोई टीमें पहुंची भाई वह भी अपना नाम अनाउंस करा के एंट्री फीस जमा कराओ, ता जो टाइम सटाइया कट गए भाई, ताड़ी जरूर मारनी है। और अगे कला हूँ दो का जोर लग रहा है, जोर आप वेखना जो ताड़ी आप मार रही है। हेलो गंगा डोरा
काली सूफ दी गल मैं बेनती कर रहा क्या जड़े भाई बांसा हाथ पाई खड़े हैं लोग मेरी हाथ बन के बेनती है भी तुम हाथ का इन्हों पाओ घरवाली कह रहे जी मैनू सूट ले लो फिर मी बड़े पे झोना ही नहीं होया कहे हाड़ी नहीं हुई कणकी नहीं हुई जो फिर किलो ना हो फिर बड़ा भाई ग्राम मथ ने घेर ही लैन दी भाई अज तो नहीं जान देना अरे अगे मरासी मंग रहे और साढ़े दूजी कौम बाली मंगती है अरे मरासिया जब कोई सुखा निकल जू तो दूजे पास निकल नहीं सकता जो कहता भी चाचा बेखड़ा फिर घेना मैं बुलाई गल पीनी हो पैसे भी धारे ले लेंगे सारी हर एक चीज मिल जाती है हर एक चीज मिल जाती है और एक चीज नहीं मिलती धारी ना कोई धारी पीवे मशीन केड़े वे आप वध लग जे बच्चे काली काली सूफ दे सुथण सवाले सुथण सवाले मोर टुकड़ियां पवाले हाय नहीं सूफ दा कलर है की सुथे आओ आओ आओ
ਮੋਦੀ ਵਾਲੇ ਉਹਨਾਂ ਦੀ ਫਰਮਾਇਸ਼ਾਂ ਮੇਰੇ ਵੀਰਾਂ ਦੀ ਕਈਆਂ ਦੀ ਫਰਮਾਇਸ਼ਾਂ ਵੀ ਜੁੱਤੀ ਨੂੰ ਚੜਕਣਾ ਹੋਵੇ Bye.
संभरेगी डेरा तारीख आसार आप रहेंगे जान के मैं तड़के नक बढ़ के आई तड़के बढ़ चुक के हमें तो चढ़ चुंब ठंडे बारी वीरां दी फरमाइश है जुत्ती विच चढ़ के ना होना फरमाइश एक मुंडा साडा कहते मैंने तो मैं क्या भी चाह पीला बाजू कहने टीले तो वह सुना देंगे पर मैं थोड़े आने तो पहले सुना चुका सुना दे कोई गल सौ रुपया भाई जी मेरा बहुत बड़ा दोस्त गुस्सा साहब मतलब 100 रुपया मान हो भी तेरे किले तो सूरत की नहीं हुई जरूर सुना पेश कर लगा जुत्ती में चढ़कना होगा कई बार रंग भी हुसन भी बढ़िया आता दर्शन कर सार दुख टुट जाते पर भी रंग रूप भी दिता हो गए हुसन भी दिता हो गए पर अंदावादी बिना जे बंदा इन्हें एक सुन वर्गा मूंह बना के तुरै फिरू तो तुरै फिर साढ़े टूरनामेंट सरस्वती मां की कृपा भी नाल दी नाल ही तोड़ी तुरों की गलबात किया धारीवाल कुमड़िया कमेटी
ये बहुत अच्छे कलाकार हैं। हाँ चल गए जी। चुपके भी चाची ना होवे वारी वारी घोड़िया बजा के देख लो तेरा पिपल का पत्ता पहले तोड़ के लेके आओ साहबा लुकाऊंगा कहने आ जाओ बड़ी
ਸਾਡਾ ਬੰਜੋ ਸੁੱਕਾ ਜਾ ਲੱਗਦਾ ਇਹ ਵੀ ਕਬੱਡੀ ਖਿਡਾਰੀ ਆਪਾਂ ਦਾ ਜਾਫੀ ਆ ਫਿਰ ਜਨ ਜਨ ਨਾਚ ਆ ਹਲੜੀ I'm
ਕੇ ਵੀਰ ਦਵਿੰਦਰ ਜੀ ਸੁਣੋ ਆਓ ਕੜਾਈ ਵੀਰਾਂ ਨੂੰ ਫਿਰ ਵੀ ਬੇਨਤੀ ਹੈ ਜੋ ਵੀ ਟੀਮਾਂ ਇੱਥੇ ਪਹੁੰਚੀਆਂ ਹੈ ਉਹ ਆਪਣਾ ਨਾਂ ਐਂਟਰੀ ਫੀਸ ਸਾਡੀ ਜੋ ਸਟੇਜ ਪੁਰਾਣੀ ਜਿੱਥੇ ਸਪੀਕਰ ਹਾਲ ਲੱਗੇ ਹੋਏ ਆ ਸੰਤ ਬਾਬਾ ਅਮਰਜੀਤ ਸਿੰਘ ਦਾ ਕਲੱਬ ਦਾ ਨਾਂ ਲਿਖਿਆ ਉੱਤੇ ਉੱਪਰ ਸਾਡੇ ਕਲੱਬ ਦੇ ਸੀਨੀਅਰ ਅਹੁਦੇਦਾਰ ਬੈਠੇ ਆ ਉਹਨਾਂ ਕੋਲੇ ਆਪਦਾ ਨਾਂ ਲਿਖਾਓ ਪੈਸੇ ਜਮ੍ਹਾਂ ਕਰਾਓ ਤਾਂ ਜੋ 2 ਵਜੇ ਦੇ ਆਪਾਂ ਟਾਈਮ ਕੱਢ ਕੇ ਤੇ ਮੈਚ ਚਾਲੂ ਕਰ ਸਕੀਏ ਤੇ ਨਾ ਬੰਨੂ ਜਿਹੜਾ ਹੈ ਜਿਹਦੀ ਟੈਂਟ ਤੇ ਡਿਊਟੀ ਆ ਬੰਨੂ ਉਹ ਭਾਈ ਕਿੱਥੇ ਚਲਾ ਗਿਆ ਉਹ ਸਾਡੇ ਨੇੜੇ ਤੇ ਰਹੇ ਉਹਦੀ ਸਾਨੂੰ ਬਹੁਤ ਜ਼ਰੂਰਤ ਰਹਿੰਦੀ ਆ ਕਿਤੇ ਕਿਤੇ ਕੋਈ ਚਾਦਰ ਦੀ ਉਧਰ ਵਿਛਾਉਣੀ ਪੈਂਦੀ ਆ ਇੱਕ ਕਲੀ ਵਾਲੇ ਵੀਰਾਂ ਨੂੰ ਬੇਨਤੀ ਆ ਕੋਈ ਸਾਡੀ ਸਟੇਜ ਕੋਲ ਪਹੁੰਚਣ ਜਿਹੜੇ ਕਲੀ ਵਾਲੇ ਜਿਹੜਾ ਡਿਊਟੀ ਲਈ ਆ ਉਹ ਇੱਥੇ ਲਾਜ਼ਮੀ ਪਹੁੰਚਣ ਦੋ ਮੁੰਡਿਆਂ ਨੇ ਡਿਊਟੀ ਲਈ ਆ ਕਲੀ ਵਾਲਾ ਨਹੀਂ ਉਹ ਸਾਡੀ ਸਟੇਜ ਕੋਲ ਪਹੁੰਚਣਾ ਤੇ ਨਾਲ ਹੀ ਬੇਨਤੀ ਮੈਂ ਕੀਤੀ ਸੀ ਵੀ ਕਹਿੰਦੇ ਤਾੜੀ ਮਾਰ ਜਾ ਕਰ ਤਾੜੀ ਮਾਰ ਜਾ ਕਰੋ ਮੈਂ ਵੇਖੀ ਜਾਂਦਾ ਵੀ ਕਿਸੇ ਨੇ ਹੁਣ ਤੱਕ ਨਹੀਂ ਮਾਰੀ ਤਾੜੀ ਤੇ ਹੱਥ ਨਹੀਂ ਕਰਦੇ ਤਾੜੀ ਮਾਰਨ ਲੱਗਿਆ ਕੋਈ ਖਾਸ ਐਡੀ ਖਤਾਜ ਕਰ ਦੇਗੀ ਹੈਗੀ ਕਿਉਂਕਿ ਇਹਨਾਂ ਨਾਲ ਜਿਹੜਾ ਗਾਉਣ ਵਾਲਾ ਨਾ ਉਹਦਾ ਹੌਸਲਾ ਵਧਾਈ ਵੱਧ ਜਾਂਦਾ ਹੈ ਤੇ ਹੁਣ ਆਪਣੇ ਪਿੰਡ ਦਾ ਨੌਜਵਾਨ ਪੱਪੂ ਉਹਨੇ ਕੱਲ ਵੀ ਆਪਦੀ ਕਲਪਨਾ ਕੀਤੇ ਹੋਏ ਪਿਆਰ ਤਿੰਨ ਚਾਰ ਗੀਤ ਲਾਏ ਸੀਗੇ ਤੇ ਉਹ ਅੱਜ ਵੀ ਆਇਆ ਉਹ ਕਹਿੰਦਾ ਮੈਂ ਇੱਕ ਦਾ ਗੀਤ ਅੱਜ ਵੀ ਪੇਸ਼ ਕਰਾਂ ਤਾਂ ਮੈਂ ਮਾਨਕ ਸਾਹਿਬ ਨੂੰ ਕਿਹਾ ਸੀਗਾ ਮੈਂ ਕਿ ਸਾਡੇ ਪਿੰਡ ਦਾ ਨੌਜਵਾਨ ਕਲੱਬ ਦੇ ਨਾਲ ਸਾਡਾ ਜੁੜਿਆ ਹੈ ਤੇ ਆਪਾਂ ਜਿਹੜਾ ਬੜਾ ਇਹਦੇ ਵੀ ਆਉਣ ਵਧਾਈ ਕਰ ਦਈਏ ਹੌਸਲਾ ਵਧਾਈ ਸੋ ਸੰਗਤ ਦੀ ਲੋੜ ਕੋਈ ਨਹੀਂ ਜੇਬ ਦੇ ਵਿੱਚ ਪੈਣ ਇਹਨਾਂ ਨੇ ਕਿਤੇ ਜਾਣਾ ਨਹੀਂ ਗਾ ਮਾਨਕ ਸਾਹਿਬ ਨੂੰ ਮਿਲ ਜਾਣਗੇ ਕੱਛਾ ਮਾਰਦਾ ਜਾਊਗਾ ਬੱਬੂ ਜੀ ਆਓ ਜੀ ਸ਼ਰਮਾ ਜੀ ਨੇ ਬੇਨਤੀ ਕੀਤੀ ਸਾਡੇ ਪਿੰਡ ਦਾ ਨੌਜਵਾਨ ਮੈਨੂੰ ਤੁਸੀਂ ਆਪਣੇ ਪਿੰਡ ਦਾ ਨਹੀਂ ਸਮਝਦੇ ਜੇ ਮੈਂ ਤੁਹਾਡੇ ਪਿੰਡ ਦਾ ਕਰਕੇ ਸੇਵਾ ਚ ਆਇਆ ਉਸ ਤਰ੍ਹਾਂ ਵਰਤਨ ਨੂੰ ਪਤਾ ਜਾਂ ਕਲਾਸ ਆ ਰਹੇ ਹੋ ਕਿਵੇਂ ਆਉਂਦੇ ਹੁੰਦੇ ਆ ਹੈਲੋ ਹੈਲੋ ਨਹੀਂ ਮੈਂ ਇਸ ਮੁਦਕੀ ਤਲਵੰਡੀ ਇਲਾਕੇ ਤੇ ਛੋਵੀ ਹਲਕੇ ਤੇ ਮੇਰਾ ਪੂਰਾ ਪੱਕਾ ਹੀ ਕਬਜ਼ਾ ਕਿਉਂਕਿ ਜਨਮੇਜਾ ਸਿੰਘ ਜੀ ਸਿੱਖੋ ਸਾਹਿਬ ਜਦੋਂ 1992 ਸ਼ੁਰੂ ਹੋਇਆ ਉਹਨਾਂ ਦਾ ਕੰਮ ਉਦੋਂ ਦਾ ਮੈਂ ਤਕਰੀਬਨ 110-12 ਪਿੰਡਾਂ ਦੇ 5 ਸਰਪੰਚਾਂ ਦੇ ਤਕਰੀਬਨ ਸਾਰਿਆਂ ਦੇ ਨਾਮ ਮੂਲਜਵਾਨ ਹੀ ਜਾਣਦਾ ਉਸੇ ਤਰ੍ਹਾਂ ਮੈਂ ਅੱਜ ਸੇਵਾ ਕਰਨ ਵਾਸਤੇ ਪਹੁੰਚਿਆ ਤੇ ਕਬੂਲ ਕਰਨਾ ਆਪ ਹੀ ਸੁਣੀਏ ਹਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਮੈਂ ਜੀਆਂ ਆਖਦਾ ਜਿਨ੍ਹਾਂ ਨੇ ਆ ਕੇ ਖਾੜੇ ਦੀ ਰੌਣਕ ਨੂੰ ਵਧਾਇਆ ਤੇ ਸਭ ਤੋਂ ਪਹਿਲਾਂ ਧੰਨਵਾਦ ਮੈਂ ਇਹਨਾਂ ਦਾ ਮੇਰੇ ਕਲੱਬ ਵਾਲੇ ਵੀਰਾਂ ਦਾ ਕਰਦਾ ਕਿ ਜਿਹੜੇ ਹਰ ਸਾਲ ਮੈਨੂੰ ਗਾਉਣ ਦਾ ਮੌਕਾ ਦਿੰਦਾ ਲਓ ਜੀ ਤੁਹਾਡੇ ਸਾਹਮਣੇ ਇੱਕ ਗੁਰੂ ਘਰ ਦਾ ਗੀਤ ਧਾਰਮਿਕ ਤੋਂ ਪਹਿਲਾਂ ਪੇਸ਼ ਕਰਨ ਲੱਗੇ ਸਿਆਣੇ ਕਹਿੰਦੇ ਕਿ ਉਹ ਸੱਲਾ ਤਾਲਾ ਦਾ ਨਾਂ ਲੈਣਾ ਬਹੁਤ ਜ਼ਰੂਰੀ ਹੈ ਇਹਦਾ ਦਾਤਾ ਤੂੰ ਨਾ ਕਰੇ ਤੇ ਹੋਰ ਕਰੇ ਕਿਹਾ ਤੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਨੇ ਆਪ ਬਨਾਮ ਨੇ ਜਿੱਤੇ ਮੈਂ ਤਾਂ ਤੱਕਦਾ ਰਹਿਮ ਤਾਂ ਤੇਰੀਆਂ ਨੂੰ ਇਹਦਾ ਦਾਤਾ ਮੈਂ ਤਾਂ ਤੱਕਦਾ ਰਹਿਮ ਤਾਂ ਤੇਰੀਆਂ ਨੂੰ ਪਰ ਜਿੱਥੇ ਤੇਰੀ ਹੋਵੇ ਕਿਰਪਾ ਜਿੱਥੇ ਤੇਰੀ ਹੋਵੇ ਕਿਰਪਾ ਫਲ ਲਾ ਦਿੰਦਾ ਕਿਤਰਾ ਤੇ